अस्सलाम वालेकुम जी, मैं सज्जाद जट ते तुहानू लै के आया। मैं पिंड भाग, ये साडा वड्डियां दा पुराना पिंड है जी, बहुत वड्डा नौ नवे पिंड है, तहसील पसरूर जिला सियालकोट। इत्थे क्यों मैं तुहानू लै के आया कि इत्थे एक पुराना दरबार है जी, जिहड़ा बहुत ज़्यादा मशहूर है, बाबा शरा भरा दे नां तों। उहदियां की करामातां ने, की होया सन 65 दी जंग विच उस दरबार ते जदों फौजी आए ते की बणिया, उह वी तुहानू सुणावांगे। फिर वो एक खतरनाक बीमारी जी ना इस दरबार से, ऐसा जाके काम करो कि वह भी इंशाल्लाह ताला खत्म हो जाती है। फिर होर की मामलात ने, बड़ा एक मैं कहना वा कि अनोखा दरबार है, तो मैं सोचा थोड़े नाल भी सांझी करिए इन्हां दी जानकारी भी। लो फिर तुहानू दरबार से भी लै चलने, तो उतों बजुर्गों नाल गलबात भी तुहाडे नाल सांझी करने, तो जाके असीं भी दर्शन पाने। साढ़े नाल ही जुड़े रहो। जे चैनल ते नवे आ गए हो तो सबसक्राइब कर लो, वीडियो नू करो लाइक, ताकि मजीद इस तरह दियां वीडियो तुहाडे सामने वेखो पंजाब लैके आउंदा रहे। ऐ पिंड दा जी पहाड़ला पासा जी, इस पासे नाल अगे डेक है जिहड़ी कि इंडिया विच आउंदी है, खैर अजकल तो पानी नहीं आ रहा। तो यह पिंड है सारा जी, बाकी दूसरे पासे भी चलने आ, वो भी व्यू तुहानू विखाने आ। लो जी प्यारे, असी आ गए हैं दरबार से। यह पिछे दरबार जी, ये जाके दुआ खैर करने, तो यदि हिस्टरी भी तुम जी असं दसने। है जी मज़ार जी थले ढेरी बाबे होरां दी। बहुत पुराना दरबार है जी, सन 1965 वेले इतने जो जंग हुई से पाक भारत, उदो फौजियों ने इतने आके की किया, वो तो बुजुर्गों को सुनवाने से इन्हों की पूरी हिस्टरी जी। अच्छा जी, इतों के बजुर्ग मेरे चाचा यूनस साहब ने, इन्हों तो जानने इन्हों के बारे कोई हिस्टरी जी है ना, दसो जी ये कौन ने, तो की ना है इन्हों का जी? ना है बाबा शरा भरा। अच्छा, ये मशहूर ने थोड़ी देर मौका, ये मशहूर ने इस ना तो बाई हार दिन का मेला भी होंगे, और सदराज तो उन्होंने जी मौकिया की जी बीमारी है ना। ठीक है ठीक है, जड़ा वाले हो जाते या दूसरे हो जाते।
ਤੁਸੀਂ ਆ ਕੇ ਸੁਖਣਾ ਸੁਖੋ ਤੇ ਅੱਲਾ ਪਾਕ ਦੀ ਜ਼ਾਤ ਮਿਹਰਬਾਨੀਆਂ ਕਰ ਮਿਹਰਬਾਨੀ ਕਰ ਦੇ ਜੀ ਠੀਕ ਹੋ ਜਾਂਦਾ ਕੰਮ ਤੇ ਬਾਈ ਰਾਤ ਦੇ ਅੰਦਰ ਮੇਲਾ ਹੁੰਦਾ ਤੇ ਬੜੀ ਦੁਨੀਆਂ ਇੱਥੇ ਵੀ ਸ਼ਾਮਲ ਹੁੰਦੀ ਹੈ ਟੀਵੀ ਮਰੀਜ਼ੀ ਵੀ ਆਉਂਦੀ ਹੈ ਬੜੇ ਲੋਕ ਆ ਕੇ ਕਦੋਂ ਦਾ ਪੁਰਾਣਾ ਦਰਬਾਰ ਇਹ ਕੋ ਪਤਾ ਇਹ ਵੀ ਪਾਰਟੀਸ਼ਨ ਤੋਂ ਪਹਿਲਾਂ ਦਾ ਹੀ ਹੈ ਠੀਕ 47 ਦੀ ਵੰਡ ਤੋਂ ਪਹਿਲਾਂ 47 ਤੋਂ ਪਹਿਲਾਂ ਨਹੀਂ ਵੰਡਦਾ ਕੋਈ ਇਹਨਾਂ ਦੇ ਬਾਰੇ ਕੋਈ ਮਸ਼ਹੂਰ ਵਾਕਿਆ ਜਿਹੜਾ ਕੋਈ ਮਸ਼ਹੂਰ ਵਾਕਿਆ ਵੀ ਕੋਈ ਕਰਾਮਾਤ ਇਹਨਾਂ ਦੀ ਹਾਂਜੀ ਸਨ 65 ਦੇ ਵਿੱਚ ਨਾ ਇਹ ਫੌਜ ਆਈ ਸੀ ਸੂਬੇਦਾਰ ਨੇ ਆਣ ਕੇ ਟੈਂਡਰ ਲਾਇਆ ਇੱਥੇ ਤੇ ਮੰਜੀ ਡਾ ਕੇ ਦਿਖਾਉਣ ਲੱਗਾ ਸੀ ਅੱਛਾ ਇੱਥੇ ਆ ਗਏ ਇੱਥੇ ਆਣ ਕੇ ਠੀਕ ਤੇ ਉਦੋਂ ਆ ਜਿਹੜੀ ਕਬਰਾਂ ਹਣੇ ਉਹ ਕੋਈ ਨਹੀਂ ਕੋਈ ਨਹੀਂ ਸਰ ਠੀਕ ਉਹ ਕੱਲੀ ਕਬਰ ਸੀ ਤੇ ਉਹ ਮੰਜੀ ਨਾਲ ਜੁੜ ਗਿਆ ਨਾਲ ਜੁੜ ਗਿਆ ਨਾਲ ਜੁੜ ਗਿਆ ਤੇ ਮੰਜੀ ਜਿਹੜੀ ਹੈ ਨਾ ਉਹ ਪੁੱਠੀ ਹੋ ਜਾਏ ਉੱਥੋਂ ਫਿਰ ਆਣ ਕੇ ਮਸ਼ਹੂਰ ਹੋਏ ਤੇ ਇਹਨਾਂ ਦੀ ਪੀੜੀ ਮੀਰੀ ਜਿਹੜੀ ਸ਼ੁਰੂ ਹੋਈ ਠੀਕ ਗੁਜ਼ਾਰ ਹੋਏ ਉਦੋਂ ਤੋਂ ਲੈ ਕੇ ਲੋਕ ਫਿਰ ਮੇਰਾ ਚੇਲਾ ਕਰਾਉਣ ਲੱਗੇ ਨੇ ਬਾਈ ਹਾਰ ਜੀ ਲੇਕਿਨ ਇਹਨਾਂ ਦਾ ਕੋਈ ਪਤਾ ਨਹੀਂ ਹੈ ਕਿ ਵਾਕਈ ਇਹ ਬਾਈ ਹਾਰ ਨੂੰ ਫੌਤ ਹੋਇਆ ਜਾਂ ਨਹੀਂ ਇਹ ਆਪਣੇ ਤੌਰ 'ਤੇ ਲੋਕਾਂ ਦੀ ਬਾਈ ਹਾਰ ਦੀ ਮੇਲਾ ਰੱਖ ਲਿਆ ਜੀ ਠੀਕ ਇਹ ਇਹਨਾਂ ਦੀ ਹਿਸਟਰੀ ਹੈ ਅਤੇ ਪੁਰਾਣੇ ਇਹਦੇ ਪੇਸਟਲ ਸਨ ਪੈਣ ਤੋਂ ਪੇਸਟਲ ਜਿਹੜੇ ਸਾਡੇ ਦਾਦੇ ਪੜਦਾਦੇ ਹਨ ਉਹ ਵੀ ਇੱਥੇ ਆਣ ਕੇ ਲੰਮੇ ਪਏ ਹਨ ਉਹ ਵੀ ਮੰਜੀ ਨਾਲ ਜੁੜ ਗਏ ਕੀ ਨਾਂ ਸੀ ਉਹਨਾਂ ਦਾ ਉਹਨਾਂ ਦਾ ਨਾਂ ਹੀ ਵਧਾਵਾ ਜੀ ਠੀਕ ਯਾਨੀ ਕਿ ਸਾਡਾ ਹੀ ਵੱਡਾ ਸੀ ਚੋਰੀ ਵਧਾਵਾ ਜਿਹੜਾ ਸੀ ਇਸ ਪਿੰਡ ਦਾ ਨਾ ਅਸੀਂ ਬਾਅਦ ਵਿੱਚ ਫਿਰ ਤੁਹਾਨੂੰ ਪਤਾ ਕੰਮੋ ਕੀ ਤੁਰ ਗਏ ਆ ਅਸਲ ਸਾਡਾ ਪੁਰਾਣਾ ਪਿੰਡ ਇਹ ਸੀ ਚੋਰੀ ਵਧਾਵਾ ਵੀ ਕਹਿੰਦੇ ਨੇ ਕਿ ਇੱਥੇ ਆ ਕੇ ਇਸੇ ਤਰ੍ਹਾਂ ਹੀ ਆ ਕੇ ਨਾ ਮੰਜੀ ਤੇ ਬੈਠਾ ਤੇ ਉਹ ਵੀ ਨਾਲ ਜੁੜ ਗਿਆ ਸੀ ਫਿਰ ਉਹ ਕਹਿੰਦੇ ਪਾਣੀ ਆਇਆ ਤੇ ਫਿਰ ਪਾਣੀ ਆਇਆ ਤੇ ਉਹ ਪਾਣੀ ਦੀ ਮੰਜੀ ਰੁੜ ਗਈ ਕਿਉਂਕਿ ਨਾਲ ਹੀ ਡੇਕ ਵਗਦੀ ਉਦੋਂ ਬਾਂਧਾ ਨਹੀਂ ਸੀ ਹੁੰਦਾ ਤੇ ਉਹ ਮੰਜੀ ਦੇ ਨਾਲ ਹੀ ਰੁੜ ਗਏ ਫਿਰ ਉਹਨਾਂ ਵੀ ਤੌਬਾ ਤਿੱਲਾ ਕੀਤੀ ਹੋਰ ਵੀ ਕੋਈ ਇਹਨਾਂ ਦੇ ਬਾਰੇ ਕੋਈ ਐਸੀ ਕੋਈ ਗੱਲ ਹੋਏ ਕਿ ਜਿਹੜੀ ਬੜੀ ਮਸ਼ਹੂਰ ਹੋਏ ਉਹ ਜੀ ਮਸ਼ਹੂਰ ਕੋਈ ਆਪਣੇ ਜਿਹੜਾ ਤੁਹਾਡੇ ਸਾਹਮਣੇ ਮਸ਼ਾਦਾ ਕੋ ਹੋਇਆ ਹਾਂਜੀ ਉਹ ਜੀ ਇੱਕ ਸਨ 65 ਤੋਂ ਪਹਿਲਾਂ ਦੀ ਗੱਲ ਇਹ ਜਿਹੜਾ ਜੁਮੇਰਾਤ ਦੇ ਦਿਨ ਇੱਕ ਉਹਦਾ ਨਾਂ ਦੇ ਨਹੀਂ ਪਤਾ ਲੱਗ ਸਕਿਆ ਉਹ ਪੁਰਾਣੀ ਕਬਰਿਸਤਾਨ ਦੇ ਵਿੱਚ ਨਾ ਇੱਕ ਬਜ਼ੁਰਗ ਨੇ ਅੱਛਾ ਜੁਮੇਰਾਤ ਨੂੰ ਨਾ ਇੱਕ ਦੂਜੇ ਨਾਲ ਮਿਲਦੇ ਗਿਲਦੇ ਹਨ ਤੁਸੀਂ ਨਾਲ ਨਾਲ ਉਹ ਵੀ ਫੁਟੇਜ ਵੇਖ ਰਹੇ ਠੀਕ ਹਾਂਜੀ ਉਹ ਉਹਦੇ ਨਾਲ ਮਿਲਦੇ ਗਿਲਦੇ ਹਨ ਜਿਹੜਾ ਮੇਰਾ ਆਪਣਾ ਜ਼ਾਤੀ ਮਸ਼ਹਾਦਾ ਜੁਮੇਰਾਤ ਦੀ ਰਾਤੀ ਨਾ 12-1 ਵਜੇ ਤੋਂ ਬਾਅਦ ਮੈਂ ਇਹਨਾਂ ਨੂੰ ਮਿਲਦਿਆਂ ਵੇਖਿਆ ਵੇਖਿਆ ਤੁਸੀਂ ਵੇਖਿਆ ਵੇਖਿਆ ਕਿਸ ਹਾਲਤ ਵਿੱਚ ਵੇਖਿਆ ਤੇ ਕਦੋਂ ਵੇਖਿਆ ਰਾਤ ਨੂੰ ਸਭਾ 'ਚ ਕੱਪੜੇ ਹਨ ਅੱਛਾ ਅਤੇ ਇਹ ਉਦੋਂ ਗਏ ਹਨ ਉਧਰੋਂ ਆਏ ਨੇ ਕਬਰਿਸਤਾਨ ਦੇ ਕੋਨੇ 'ਤੇ ਆਣ ਕੇ ਉਹਨਾਂ ਨੂੰ ਮੁਲਾਕਾਤ ਹੋਈ ਹੈ ਉਹ ਅੱਧਾ ਘੰਟਾ ਉਹ ਖਲੋਤੇ ਨੇ ਅੱਲਾ ਬੇਤਾ ਜਾਂਦਾ ਉਹ ਕੀ ਗੱਲਾਂ ਕਰਦੇ ਤੇ ਕੀ ਗੱਲਾਂ ਕਰਦੇ ਉੱਥੋਂ ਇਹ ਇੱਧਰ ਨੂੰ ਆ ਗਏ ਨੇ ਉੱਪਰ ਤੁਸੀਂ ਇਹ ਜਾਗਦੀ ਅੱਖੀ ਵੇਖੀ ਜਾਗਦੀ ਅੱਖੀ ਵੇਖਿਆ ਜੀ ਉਸ ਜ਼ਮਾਨੇ 'ਚ ਨਾ ਪੱਖੇ ਸ਼ੱਖੇ ਕੋਈ ਨਹੀਂ ਹਨ ਬਿਜਲੀ ਕੋਈ ਨਹੀਂ ਹੁੰਦੀ ਅਤੇ ਲੋਕ ਰਾਤ ਉੱਗੇ ਤਾਂ ਕਰਨ ਬਹਿ ਕੇ ਕੱਪਾ ਛੱਪਾ ਮਾਰਦੇ ਰਹਿੰਦੇ ਹਨ ਅਰੇ ਅੱਧੀ ਵਜ੍ਹਾ ਨਾਲ ਠੰਡੀ ਫਿਰ ਹਵਾ ਚੱਲਦੀ ਫਿਰ ਲੋਕ ਸੌਂ ਸੌਂ ਜਾਂਦੇ ਹਨ ਯਾਨੀ ਕਿ ਤੁਹਾਡੀ ਜ਼ਿੰਦਗੀ ਦਾ ਮੁਸ਼ਾਹਦਾ ਹਾਂਜੀ ਮਾਸ਼ਾਅੱਲਾ ਫਿਰ ਤਾਂ ਵੱਡੀ ਹਸਤੀ ਨੇ ਹਾਂਜੀ ਅਤੇ ਉਹਨਾਂ ਦੇ ਨਾਂ ਦਾ ਨਹੀਂ ਪਤਾ ਲੱਗ ਸਕਿਆ ਇਹਨਾਂ ਦਾ ਨਾਂ ਜਿਹੜਾ ਉਹ ਮਸ਼ਹੂਰ ਹੋ ਗਿਆ ਸ਼ਰਾਪਰਾ ਦੇ ਨਾਲ ਕਈ ਲੋਕ ਬਜ਼ੁਰਗ ਲੋਕ ਜਿਹੜੇ ਹਨ ਉਹ ਆਉਂਦੇ ਹਨ ਅਤੇ ਭਰਾ ਨੇ ਆਪੋ ਜਿਹਾ ਅੱਛਾ ਅੱਛਾ ਇਹਦੇ ਬਾਰੇ ਪੱਕ ਨਹੀਂ ਪੱਕ ਨਹੀਂ ਹੈ ਅੱਲਾ ਪਾਕ ਇਹਨਾਂ ਦੇ ਦਰਜਾਤ ਬੁਲੰਦ ਫਰਮਾਏ ਅਤੇ ਪਿਆਰਿਓ ਦਿਓ ਇਜਾਜ਼ਤਾਂ ਉਮੀਦ ਕਰਾਂਗੇ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ ਇਸ ਤਰ੍ਹਾਂ ਦੀ ਮਜ਼ੀਦ ਵੀਡੀਓਜ਼ ਵੇਖਣ ਵਾਸਤੇ ਸਾਡੇ ਚੈਨਲ ਨਾਲ ਮੁਹੱਬਤਾਂ ਦਿਓ ਸਬਸਕ੍ਰਾਈਬ ਕਰੋ ਦਿਓ ਇਜਾਜ਼ਤਾਂ ਫਿਰ ਕਿਸੇ ਹੋਰ ਨਵੇਕਲੀ ਵੀਡੀਓ ਦੇ ਨਾਲ ਤੁਹਾਡੀ ਸੇਵਾ ਚਾਹਾਂਗੇ ਅੱਲਾ ਬੇਲੀ